ਸਾਰੇ ਹੀ ਸਾਥੀਆਂ ਦਾ ਮੇਰੇ ਯੂਟਿਊਬ ਚੈਨਲ 'ਤੇ ਸਵਾਗਤ ਹੈ ਦੋਸਤੋ। ਡਾਇਰੈਕਟਰ ਰਿਕਰੂਟਮੈਂਟ ਹੈ PGT, TGT, PET, LDC ਅਤੇ ਸਪੋਰਟਸ ਕੋਚਸ ਵਾਸਤੇ। ਇਹਨਾਂ ਪੋਸਟਾਂ ਨੂੰ ਤੁਸੀਂ ਕਿਵੇਂ ਅਪਲਾਈ ਕਰਨਾ ਹੈ, ਕੀ ਰਹੇਗੀ ਸੈਲਰੀ ਅਤੇ ਸਿਲੈਕਸ਼ਨ ਪ੍ਰੋਸੈਸ, ਇਸ ਬਾਰੇ ਡਿਟੇਲ ਵਿੱਚ ਗੱਲ ਕਰਨ ਤੋਂ ਪਹਿਲਾਂ, ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ, ਸਰਕਾਰੀ ਨੌਕਰੀ, ਪ੍ਰਾਈਵੇਟ ਨੌਕਰੀ, ਕੰਪੀਟੀਸ਼ਨ ਐਗਜ਼ਾਮ, ਰਿਜ਼ਲਟ, ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤਾਂ ਕਿ ਜਿਨ੍ਹਾਂ ਦੀ ਵੀ ਯੋਗਤਾ ਇਹਨਾਂ ਪੋਸਟਾਂ ਲਈ ਬਣਦੀ ਹੈ ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰਕੇ ਆਪਣੇ ਕੰਮ 'ਤੇ ਲੱਗ ਜਾਣ। ਤਾਂ ਦੋਸਤੋ ਆਓ ਲੈ ਕੇ ਚੱਲਦਾ ਹਾਂ ਪਬਲਿਕ ਨੋਟਿਸ ਵੱਲ। ਤਾਂ ਦੋਸਤੋ ਪੋਸਟ ਹੈ PGT ਇੰਗਲਿਸ਼ ਅਤੇ ਸਾਈਕੋਲੋਜੀ ਦੀ, ਜਿਸ ਵਾਸਤੇ ਯੋਗਤਾ ਹੈ ਪੋਸਟ ਗ੍ਰੈਜੂਏਟ, ਜੋ ਕਿ BED ਦੇ ਨਾਲ ਮਿਨੀਮਮ 50% ਮਾਰਕਸ ਦੋਨਾਂ ਵਿੱਚ ਹੋਣੇ ਚਾਹੀਦੇ ਨੇ। ਅਗਲੀ ਜੋ ਪੋਸਟ ਹੈ TGT ਸਾਇੰਸ ਅਤੇ IT ਵਾਸਤੇ ਹੈ, ਜਿਸ ਵਾਸਤੇ ਜੋ ਯੋਗਤਾ ਹੈ ਗ੍ਰੈਜੂਏਸ਼ਨ ਵਿਦ BED ਅਤੇ ਇਸ ਤੋਂ ਇਲਾਵਾ 50% ਮਾਰਕਸ ਦੋਨਾਂ ਦੇ ਵਿੱਚ ਹੋਣੇ ਚਾਹੀਦੇ ਨੇ। CTET ਜਾਂ ਫਿਰ TET ਕੁਆਲੀਫਾਈਡ ਕੈਂਡੀਡੇਟਸ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ। ਦੋਸਤੋ ਪੋਸਟ ਹੈ PET ਦੀ, ਜੋ ਕਿ ਰਿਜ਼ਰਵਡ ਹੈ ਫੀਮੇਲ ਕੈਂਡੀਡੇਟ ਵਾਸਤੇ। ਕੈਂਡੀਡੇਟ ਨੇ ਜੋ ਗ੍ਰੈਜੂਏਸ਼ਨ ਇਨ ਫਿਜ਼ੀਕਲ ਐਜੂਕੇਸ਼ਨ ਜਾਂ ਫਿਰ BPED ਦੀ ਜੋ ਡਿਗਰੀ ਹੈ ਉਹ ਕੀਤੀ ਹੋਈ ਹੋਣੀ ਲਾਜ਼ਮੀ ਹੈ। ਦੋਸਤੋ ਸਪੋਰਟਸ ਕੋਚਸ ਦੀ ਜੋ ਪੋਸਟ ਹੈ ਉਹ ਪਾਰਟ ਟਾਈਮ ਹੈ ਈਵਨਿੰਗ ਕਲਾਸਿਸ ਵਾਸਤੇ। ਇਸ ਦੀ ਯੋਗਤਾ ਗ੍ਰੈਜੂਏਟ ਇਨ ਫਿਜ਼ੀਕਲ ਐਜੂਕੇਸ਼ਨ ਜਾਂ ਫਿਰ BPED ਚਾਹੀਦੀ ਹੈ। LDC ਦੀ ਪੋਸਟ ਹੈ, ਜਿਸ ਵਾਸਤੇ ਐਕਸ ਸਰਵਿਸਮੈਨ ਗ੍ਰੈਜੂਏਟ ਜਾਂ ਫਿਰ 10 ਸਾਲ ਦਾ ਤਜਰਬਾ ਐਜ਼ ਏ ਕਲਰਕ ਫੋਰ ਐਕਸ ਸਰਵਿਸਮੈਨ, ਇਸ ਤੋਂ ਇਲਾਵਾ ਕੰਪਿਊਟਰ ਲਿਟਰੇਟ ਅਤੇ ਬੇਸਿਕ ਨੌਲੇਜ ਆਫ ਅਕਾਊਂਟਿੰਗ ਹੋਣੀ ਲਾਜ਼ਮੀ ਹੈ। ਇਹਨਾਂ ਪੋਸਟਾਂ ਵਾਸਤੇ ਜੋ ਯੋਗਤਾ ਹੈ ਐਜ਼ ਪਰ CBSE ਲਾਜ਼ ਦੇ ਮੁਤਾਬਕ ਚਾਹੀਦੀ ਹੈ। ਸੈਲਰੀ ਅਤੇ ਐਲੀਜੀਬਿਲਟੀ ਐਜ਼ ਪਰ AWES ਰੂਲਸ ਅਤੇ ਰੈਗੂਲੇਸ਼ਨ ਦੇ ਹਿਸਾਬ ਨਾਲ CTET ਜਾਂ CSB ਐਜ਼ ਐਪਲੀਕੇਬਲ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਤੁਸੀਂ ਅਪਲਾਈ ਕਰ ਸਕਦੇ ਹੋ ਸਕੂਲ ਦੀ ਵੈਬਸਾਈਟ www.apskpt.in, ਜੋ ਜਿੱਥੇ ਕਿ ਤੁਸੀਂ ਕੈਰੀਅਰ 'ਤੇ ਜਾਣਾ ਹੈ ਅਤੇ ਉੱਥੇ ਜੋ ਪਰਫੋਰਮਾ ਹੈ ਉਹ ਡਾਊਨਲੋਡ ਕਰਕੇ ਸੈਲਫ ਟੈਸਟਡ ਕਾਪੀ ਆਫ ਸਰਟੀਫਿਕੇਟ ਅਤੇ ਬੈਂਕ ਡਰਾਫਟ, ਜੋ ਕਿ 100 ਰੁਪਏ ਦਾ ਹੈ, ਇਨ ਫੇਵਰ ਆਫ ਆਰਮੀ ਪਬਲਿਕ ਸਕੂਲ ਕਪੂਰਥਲਾ, ਪੇਬਲ ਐਟ ਕਪੂਰਥਲਾ, 17 ਮਈ 2024 ਤੱਕ ਭੇਜ ਦੇਣਾ ਹੈ। ਸਕੂਲ ਮੈਨੇਜਮੈਂਟ ਰਾਈਟ ਟੂ ਇਨਕਰੀਜ਼ ਔਰ ਡਿਕਰੀਜ਼ ਜਾਂ ਫਿਰ ਕੈਂਸਲ ਵੀ ਕਰ ਸਕਦੀ ਹੈ ਇਹ ਵੈਕੈਂਸੀਜ਼ ਵਿਦਾਊਟ ਅਸਾਈਨਿੰਗ ਐਨੀ ਰੀਜ਼ਨ, ਤਾਂ ਕੋਈ ਵੀ TADA ਮਿਲਣ ਯੋਗ ਨਹੀਂ ਹੈ। ਤਾਂ ਦੋਸਤੋ ਜਿਨ੍ਹਾਂ ਵੀ ਯੋਗਤਾ ਇਸ ਪੋਸਟ ਲਈ ਬਣਦੀ ਹੈ ਉਹ ਆਰਮੀ ਪਬਲਿਕ ਸਕੂਲ ਕਪੂਰਥਲਾ ਵਾਸਤੇ, ਜੋ ਕਿ ਵੈਬਸਾਈਟ ਤੁਹਾਨੂੰ www.apskpt.in ਤੇ ਅਪਲਾਈ ਕਰ ਸਕਦੇ ਹੋ। ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋਵੇਗੀ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਂਦਾ ਹਾਂ, ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ। ਥੈਂਕ ਯੂ ਫੋਰ ਵਾਚਿੰਗ ਮਾਈ ਚੈਨਲ। ਥੈਂਕਸ ਵੰਸ ਅਗੇਨ ਟੂ ਆਲ ਮਾਈ ਵਿਊਅਰਸ।